आओ हुण गल करिए पीटीसी पंजाबी दे मकबूल प्रोग्राम वॉइस ऑफ पंजाब छोटा चैंप दी, जिस च ईशिता नूं विनर ऐलानिया गया, जबकि प्रिंस पहले अते मन्नत दूजे रनर अप रहे। आओ तुहानूं वी विखाउने आ वॉइस ऑफ पंजाब छोटा चैंप दे ग्रैंड फिनाले दियां कुछ बेहद खास झलकियां। ਉਮਰਾਂ ਦੇ ਵਿੱਚ ਸੁਰ ਜਿਨ੍ਹਾਂ ਦੇ ਐਂਡਾ ਸਿੰਗਿੰਗ ਸ਼ੁ ਬੈਸਟ ਨੇ ਤੇ ਸੈੱਟ ਕਰਦੇ ਟ੍ਰੈਂਡਾ ਉਹਨਾਂ ਹੀ ਛੋਟੇ ਚੈਂਪਸ ਆ ਹੈਗੇ ਜੀ ਇਹ ਸ਼ੋ ਯਾਨੀ ਕਿ ਅਮੋਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 7 ਹੁਣ ਤੁਹਾਡੇ ਲਈ ਅਸੀਂ ਲੈ ਕੇ ਆਏ ਜੀ ਇੱਕ ਸਪੈਸ਼ਲ ਪਰਫਾਰਮੈਂਸ ਤੇ ਉਹ ਪਰਫਾਰਮੈਂਸ ਦੇਣੀ ਹੈ ਸਾਡੇ 6 ਫਾਈਨਲਿਸਟ ਨੇ ਸੋ ਜੀ ਇਹ ਹੈਗੀ ਇੱਕ ਮੈਡਲੇ ਪਰਫਾਰਮੈਂਸ ਸੋ ਜ਼ੋਰਦਾਰ ਤਾਲੀਆਂ ਹੋ ਜਾਣ ਸਾਡੇ 6 ਫਾਈਨਲਿਸਟ ਦੇ ਲਈ ਕਰਾਂਗੇ ਕਿ ਕੌਣ ਬਣਿਆ ਹੈ ਜੀ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 7 ਦਾ ਵਿਨਰ ਸੋ ਜੀ ਰਿਜ਼ਲਟ ਮੇਰੇ ਹੱਥ ਦੇ ਵਿੱਚ ਆ ਚੁੱਕਿਆ ਹੈ ਸਭ ਤੋਂ ਪਹਿਲਾਂ ਮੈਂ ਅਨਾਉਂਸ ਕਰੂੰਗੀ ਕਿ ਕੌਣ ਬਣਿਆ ਹੈ ਜੀ ਸੈਕਿੰਡ ਰਨਰ ਅਪ ਸੋ ਸੈਕਿੰਡ ਰਨਰ ਅਪ ਆਫ ਅਮੋਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 7 ਇਜ਼ ਮੰਨਤ अनाउंस करना चाहूंगी अमूल प्रेजेंस वॉइस ऑफ पंजाब छोटा चैंप सीजन 7 दे फर्स्ट रनर अप द नाम सो फर्स्ट रनर अप है जी प्रिंस अमूल प्रेजेंस वॉइस ऑफ पंजाब छोटा चैंप सीजन 7 दी विनर है ईशिता ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 7 ਦੇ ਵਿਨਰ ਇਸ਼ਿਤਾ ਪੀਟੀਸੀ ਨਿਊਜ਼ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਥੈਂਕ ਯੂ ਸੋ ਮੱਚ ਇਸ਼ਿਤਾ ਤੁਹਾਡਾ ਜਿਹੜਾ ਸਫ਼ਰ ਸੀਗਾ ਕਿੱਦਾਂ ਦਾ ਰਿਹਾ ਮੇਰਾ ਸਫ਼ਰ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਮੈਨੂੰ ਵੌਇਸ ਆਫ ਪੰਜਾਬ ਦੇ ਵਿੱਚ ਮੇਰੇ ਫਰੈਂਡਸ ਬਣੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਸੀਂ ਇਹ ਜਿਹੜਾ ਸਫ਼ਰ ਸੀਗਾ ਕਦੋਂ ਤੇ ਕਿੱਥੇ ਤੋਂ ਸ਼ੁਰੂ ਕੀਤਾ ਮੈਂ ਜਦ 6-7 ਸਾਲ ਦੀ ਸੀਗੀ ਤਦ ਇੱਕ ਦਿਨ ਮੈਂ ਆਪਣੀ ਛੱਤ 'ਤੇ ਗਾ ਰਹੀ ਸੀ ਅਤੇ ਮੇਰੇ ਪਾਪਾ ਨੇ ਮੈਨੂੰ ਸੁਣਿਆ
तो मेरे मम्मा ने कहा कि इशिता गा रही है, तो मेरे मम्मा ने कहा हाँ जी, तो पापा कहते बहुत सोहना गा रही है, तो मैं जिद की कि मैं वॉइस ऑफ पंजाब ट्राई करूँगी। मैं ट्राई किया तो फिर मैं एलिमिनेट हो गई। उस तो बाद मैं सीजन 5 के विच गई, सीखना शुरू किया, तो मैं फाइनल विच गई, तो सीजन 7 विच मैं अज विनर बन के आई। किद्दां दा महसूस हो रहा तुहानूं विनर बन? अज मैनूं बहुत ही ज़्यादा खुशी हो रही है। मैं कदे सोचिया नहीं सी कि मैं वॉइस ऑफ पंजाब छोटा चाम सीजन 7 की विनर बनांगी। ਤੁਸੀਂ ਇਸ਼ਿਤਾ ਦੇ ਫਾਦਰ ਹੋ, ਅਤੇ ਐਜ ਏ ਫਾਦਰ ਕੀ ਤੁਸੀਂ ਸਪੋਰਟ ਕਰ ਰਹੇ ਹੋ? ਦੇਖੋ ਸਰ, ਮੈਂ ਐਜ ਏ ਫਾਦਰ ਸਪੋਰਟ ਤਾਂ ਮੈਂ ਇਸ ਲਾਇਕ ਹੈ ਵੀ ਨਹੀਂ ਕਿ ਮੈਂ ਕਿਸੇ ਨੂੰ ਸਪੋਰਟ ਕਰ ਸਕਾਂ, ਬਟ ਇਹ ਕਿ ਵੀ ਮੈਂ ਜਿਵੇਂ ਇਕਨੋਮਿਕਲੀ ਕਹਿ ਲਓ ਤੁਸੀਂ, ਠੀਕ ਹੈ ਨਾ, ਔਰ ਜੋ ਵੀ ਚੀਜ਼ਾਂ ਇਹਦੇ ਮਿਊਜ਼ਿਕ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ, ਉਹਨੂੰ ਪ੍ਰੋਵਾਈਡ ਕਰਨ ਲਈ ਜਿੱਥੋਂ ਵੀ ਪ੍ਰੋਵਾਈਡ ਕਰਾਂ ਮੈਂ ਇਹਦੇ ਨਾਲ ਦੀ ਸਪੋਰਟ ਕਰਦਾ ਹਾਂ। ਜਿਹੜਾ ਪੀ ਟੀ ਸੀ ਦਾ ਉਪਰਾਲਾ ਵੋਇਸ ਆਫ ਪੰਜਾਬ ਛੋਟਾ ਚੈਂਪ ਦਾ, ਤੁਹਾਨੂੰ ਕਿੱਦਾਂ ਦਾ ਲੱਗਿਆ ਕਿ ਵੀ ਜਿਹੜਾ ਆਮ ਵਰਗ ਹੈਗਾ ਉਹਨਾਂ ਨੂੰ, ਬੱਚਿਆਂ ਨੂੰ ਗਰੂਮਿੰਗ ਕਰਨਾ ਜਾਂ ਉਹਨਾਂ ਨੂੰ ਕਿਸੇ ਲੈਵਲ 'ਤੇ ਲੈ ਕੇ ਆਉਣਾ, ਕਿੱਦਾਂ ਦਾ ਉਪਰਾਲਾ ਲੱਗਿਆ? ਪੀ ਟੀ ਸੀ ਨੇ ਜਿਹੜਾ ਇਹ ਉਪਰਾਲਾ, ਇਹ ਕੰਮ ਜਿਹੜਾ ਇਹਨਾਂ ਨੇ ਆਪਣੇ ਕੰਧਿਆਂ 'ਚ ਲਿੱਤਾ, ਠੀਕ ਹੈ ਨਾ, ਆਪਣੇ ਮੋਢਿਆਂ ਚੁੱਕਿਆ ਹੋਇਆ, ਬਹੁਤ ਹੀ ਵਧੀਆ ਚੁੱਕਿਆ ਹੋਇਆ। ਪੀ ਟੀ ਸੀ ਨੇ ਜਿਹੜਾ ਇਹ ਉਪਰਾਲਾ ਕੀਤਾ ਵੋਇਸ ਆਫ ਪੰਜਾਬ ਛੋਟਾ ਚੈਂਪ ਦਾ, ਜਿਹੜਾ ਕਿ ਆਮ ਜਿਹੜੇ ਵਰਕ ਹੈਗਾ ਉਹਨੂੰ ਚੱਕ ਕੇ ਲੈ ਇੱਕ ਪਲੇਟਫਾਰਮ ਦਿੰਦੇ, ਤੁਹਾਨੂੰ ਕਿੱਦਾਂ ਦਾ ਲੱਗਦਾ? ਸਰ, ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਕਿ ਪੀ ਟੀ ਸੀ ਦਾ ਇਹ ਉਪਰਾਲਾ ਜਿਹੜਾ ਹੈ ਗਰੀਬ ਬੱਚਿਆਂ ਲਈ, ਜਿਹੜੇ ਬਿਲਕੁਲ ਹੀ ਜਿਵੇਂ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਕਲਾਕਾਰ ਵੀ ਨੇ ਜਿਹੜੇ ਕਿ ਆਪਣਾ ਟੈਲੈਂਟ ਨਹੀਂ ਦਿਖਾ ਸਕਦੇ, ਉਹਨਾਂ ਨੂੰ ਪੀ ਟੀ ਸੀ ਨੇ ਇਹ ਬਹੁਤ ਵਧੀਆ ਮੌਕਾ ਦਿੱਤਾ ਕਿ ਉਹ ਅੱਗੇ ਆ ਕੇ ਆਪਣਾ ਟੈਲੈਂਟ ਦਿਖਾ ਸਕਣ, ਅਤੇ ਪੂਰੀ ਦੁਨੀਆ ਤੱਕ ਉਹਨਾਂ ਦਾ ਟੈਲੈਂਟ ਪੀ ਟੀ ਸੀ ਨੈਟਵਰਕ ਦੁਆਰਾ ਪਹੁੰਚਦਾ। ਇਹ ਬਹੁਤ ਹੀ ਵਧੀਆ ਉਪਰਾਲਾ ਹੈ ਪੀ ਟੀ ਸੀ ਦਾ। ਗੁਰਦੀਪ ਸਿੰਘ, ਪੀ ਟੀ ਸੀ ਨਿਊਜ਼, ਖਾਨਾ।